ਏਵਨ ਪੰਜਾਬੀ ਟੀਵੀ ਵਿੱਚ ਆਪ ਸਭ ਦਾ ਸਵਾਗਤ ਹੈ। ਬਾਦਲ ਸਾਹਿਬ ਦੀ ਨੋ ਮਤਲਬ ਹਰਸਿਮਰਤ ਕੌਰ ਬਾਦਲ ਉੱਤਰ ਆਈ ਹੈ ਜੀ ਆਪਣੇ ਸਹੁਰਾ ਸਾਹਿਬ ਦੇ ਪੱਖ ਵਿੱਚ। ਉਹਨਾਂ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ, ਲੇਕਿਨ ਇੱਕ ਗੱਲ ਤਾਂ ਜ਼ਰੂਰ ਹੈ ਹਰਸਿਮਰਤ ਜੀ ਕਿ ਪਿਛਲੀ ਵਾਰ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਭੁੱਲਾਂ ਬਖਸ਼ਾਈਆਂ ਸੀ, ਉਹ ਅਜੇ ਤੱਕ ਨਹੀਂ ਪਤਾ ਲੱਗਾ ਕਿ ਉਹ ਕਿਹੜੀਆਂ ਭੁੱਲਾਂ ਸੀ ਜੋ ਬਖਸ਼ਾਉਣ ਲਈ ਪੂਰਾ ਬਾਦਲ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚਲਾ ਗਿਆ। ਵੈਸੇ ਤਾਂ ਇਨਸਾਨ ਗਲਤੀਆਂ ਦਾ ਪੁੱਤ, ਗਲਤੀਆਂ ਹੁੰਦੀਆਂ ਰਹਿੰਦੀਆਂ ਨੇ, ਪਰ ਕਈ ਵਾਰੀ ਦਿਲ ਨੂੰ ਤਾਂ ਪਤਾ ਹੁੰਦਾ ਕਿ ਸਾਡੀਆਂ ਗਲਤੀਆਂ ਕਿਹੜੀਆਂ ਹੋਈਆਂ ਨੇ ਸਾਡੇ ਕੋਲੋਂ, ਔਰ ਕਿਹੜੀਆਂ ਗਲਤੀਆਂ ਅਸੀਂ ਨਹੀਂ ਕਰਨਾ ਚਾਹੁੰਦੇ ਸੀ, ਭੁੱਲ ਚੁੱਕ ਕੇ ਉਹ ਗਲਤੀਆਂ ਹੋ ਗਈਆਂ। ਹਰ ਇੱਕ ਨੇਤਾਵਾਂ ਨੇ ਪੁੱਛਿਆ, ਲੇਕਿਨ ਤੁਸੀਂ ਉਹ ਭੁੱਲਾਂ ਬਾਰੇ ਕੁਛ ਵੀ ਜ਼ਿਕਰ ਨਹੀਂ ਕੀਤਾ। ਲੇਕਿਨ ਅੱਜ ਸਹੁਰਾ ਸਾਹਿਬ ਦੀ ਹਮਾਇਤ ਵਿੱਚ ਉੱਤਰ ਆਏ ਨੇ ਹਰਸਿਮਰਤ ਕੌਰ ਬਾਦਲ ਜੀ। ਬਾਦਲ ਸਾਹਿਬ ਨੇ ਬਿਲਕੁਲ ਸਹੀ ਇਹ ਸੋਚਦੇ ਕਿ ਬਾਦਲ ਸਾਹਿਬ ਜਾਂ ਬਾਦਲ ਪਰਿਵਾਰ ਜੇਲ੍ਹ ਜਾਣ ਤੋਂ ਡਰਦਾ ਹੈ। ਇਹ ਡਰਦੇ ਉਹ ਨੇ ਜਿਨ੍ਹਾਂ ਨੇ 2 ਘੰਟੇ ਜੇਲ੍ਹ 'ਚ ਨਹੀਂ ਗੁਜ਼ਾਰੇ ਹੋਏ, ਰਾਜੇ ਵਰਗੇ ਜਿਹੜੇ ਸਿਟੀ ਸੈਂਟਰ ਸਕੈਮ, ਇੰਟਰਨੈਟ ਸਕੈਮ, ਇਹੋ ਜਿਹੇ ਸਕੈਮਾਂ 'ਚ ਅੱਜ ਤਾਂ ਹੀ ਫਸੇ ਹੋ। ਬਾਦਲ ਸਾਹਿਬ ਨੇ 16-16 ਸਾਲ ਕੈਦਾਂ ਕੱਢੀਆਂ ਨੇ, ਇਸ ਕਰਕੇ ਨਹੀਂ ਕਿ ਕਿਸੇ ਦੇ ਉੱਤੇ ਗੋਲੀ ਚਲਵਾਈ ਸੀ ਜਾਂ ਕੋਈ ਬੇਅਦਬੀ ਕਰਵਾਈ ਸੀ, ਇਸ ਕਰਕੇ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ। ਸਾਡਾ ਪਾਣੀ ਪੰਜਾਬ ਤੋਂ ਬਾਹਰ ਨਾ ਜਾਏ, ਸਾਡੀ ਰਾਜਧਾਨੀ ਦੂਜੇ ਨੂੰ ਨਾ ਦਿੱਤੀ ਜਾਏ, ਸਾਡੇ ਪੰਜਾਬੀ ਬੋਲਣ ਵਾਲੇ ਪਿੰਡ ਦੂਜੇ ਸੂਬਿਆਂ ਨੂੰ ਨਾ ਦਿੱਤੇ ਜਾਣ, ਤੇ ਐਮਰਜੈਂਸੀ ਜਦ ਲੋਕਤੰਤਰ ਦਾ ਕਾਣ ਇੰਦਰਾ ਗਾਂਧੀ ਨੇ ਕੀਤਾ, ਕਾਂਗਰਸੀਆਂ ਨੇ ਇਹ ਸਾਰੇ ਜਦੋਂ ਵੀ ਕਾਂਗਰਸ ਦੇ ਪੰਜਾਬ ਦੇ ਉੱਤੇ ਲੋਕਾਂ ਦੇ ਉੱਤੇ ਕੀਤੇ, ਤਾਂ ਲੋਕਾਂ ਦੇ ਹੱਕਾਂ ਦੀ ਰਾਖੀ ਵਾਸਤੇ ਬਾਦਲ ਸਾਹਿਬ ਨੇ 16 ਸਾਲ ਕਹਿੰਦੇ। ਇਹ ਬਾਦਲ ਸਾਹਿਬ ਇਹਨਾਂ ਦੀ ਗਿੱਦੜ ਧਮਕੀਆਂ ਤੋਂ ਡਰਦੇ ਨੇ। ਉਹ ਤਾਂ ਕਹਿੰਦੇ ਤੁਹਾਡੀ ਕਮਿਸ਼ਨ ਜਦ ਕਮਿਸ਼ਨ ਦੀ ਰਿਪੋਰਟ ਤੋਂ ਪਹਿਲਾਂ ਹੀ ਤੁਹਾਡੇ ਲੀਡਰ ਬੋਲੀ ਜਾ ਰਹੇ ਨੇ ਕਿ ਇਹ ਬਾਦਲਾਂ ਨੂੰ ਫੜਨਾ, ਤਾਂ ਮੈਂ ਪਹਿਲਾਂ ਹੀ ਹਾਜ਼ਰ ਹੋ ਜਾਂ, ਦੂਜੇ ਨੂੰ ਕਾਹਨੂੰ ਤੁਸੀਂ ਤੰਗ ਕਰਦੇ ਮੈਨੂੰ ਫੜ ਕੇ ਬੰਦ ਕਰ। ਇਸ ਕਰਕੇ ਕਿ ਜਦ ਮੁੱਖ ਮੰਤਰੀ ਤੇ ਉਹਨਾਂ ਦੀ ਲੀਡਰਸ਼ਿਪ ਖੁਦ ਹੀ ਕਹਿ ਰਹੀ ਹੈ ਜਦੋਂ ਤੋਂ ਸਰਕਾਰ ਬਣੀ ਹੈ ਕਿ ਬਾਦਲਾਂ ਨੂੰ ਅੰਦਰ ਕਰਨਾ ਹੈ, ਬਾਦਲਾਂ ਨੂੰ, ਜਿਹਦੇ ਕਰਕੇ ਇੱਕ ਤੋਂ ਬਾਅਦ ਇੱਕ ਕਦੇ ਇੱਕ ਕਮਿਸ਼ਨ ਬਿਠਾਈ ਜਾਂਦੀ ਹੈ ਖਹਿਰੇ ਤੇ, ਖਹਿਰੇ ਦੇ ਰਿਸ਼ਤੇਦਾਰ ਦੀ, ਜਿੱਥੇ ਖਹਿਰਾ ਤੇ ਉਹ ਕਰਮ ਕਿਆਲੀ ਸਾਰੇ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਨਾਲ ਸਾਜ਼ਿਸ਼ਾਂ ਰਚਦੇ ਨੇ। ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਤੋਂ ਆਉਣ ਤੋਂ ਪਹਿਲੇ ਹੀ ਮੰਤਰੀ ਦੇ ਘਰੇ ਪਹੁੰਚ ਜਾਂਦੀ ਹੈ ਚੈਕਿੰਗ ਵਾਸਤੇ, ਤੇ ਉਹ ਮੀਡੀਆ ਨੂੰ ਦੱਸਦਾ ਹੈ ਕਿ ਰਿਪੋਰਟ 'ਚ ਕੀ ਹੈਗਾ, ਫਿਰ ਉਸ ਰਿਪੋਰਟ ਦੇ ਆਧਾਰ 'ਚ ਸਾਰੀ ਵਿਧਾਨ ਸਭਾ 'ਚ ਲੋਕਾਂ ਦੀ ਤਕਲੀਫਾਂ ਨਹੀਂ ਲੇਕਿਨ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਭੰਡਣ ਵਾਸਤੇ ਸਨ। ਤਾਂ ਹੀ ਮੈਂ ਕਹਿੰਦੀ ਹਾਂ ਕਿ ਜੇ ਕਿਸੇ ਦੇ ਕੋਲ ਇੱਕ ਸਬੂਤ ਹੈਗਾ, ਬਥੇਰਾ ਭੰਡ ਲਿਆ, 4 ਸਾਲ ਭੰਡਦੇ ਹੋਏ ਤੁਹਾਡੇ ਨਿਕਲ ਗਏ, ਜੇ ਤੁਹਾਡੇ ਕੋਲ ਇੱਕ ਇੰਨਾ ਕਤਰਾ ਭਰ ਵੀ ਸਬੂਤ ਹੈਗਾ ਕਿ ਪਰਿਵਾਰ ਨੇ ਨਸ਼ੇ ਬਕਾਏ, ਅੱਜ ਤੋਂ ਵੱਡੇ ਵੱਡੇ ਲੀਡਰ ਮਾਫੀ ਮੰਗ ਰਹੇ ਨੇ ਨਾ ਜਿਹਦੇ ਕਰਕੇ ਇਲੈਕਸ਼ਨ ਨੇ ਜਿੱਤੇ ਨੇ, ਜੇ ਇੱਕ ਵੀ ਸਬੂਤ ਹੈਗਾ ਕਿ ਕਿਸੇ ਨੇ ਨਸ਼ੇ ਬਚਾਏ, ਕਿਸੇ ਨੇ ਗੋਲੀ ਚਲਵਾਈ, ਕਿਸੇ ਨੇ ਬੇਅਦਬੀ ਕਰੀ, ਤਾਂ ਅਦਾਲਤ 'ਚ ਜਾ ਕੇ ਸਾਨੂੰ ਅੰਦਰ ਕਰਵਾਓ ਨਾ। ਆਪ ਦਾ ਡਰਾਮਾ ਕਿਉਂ ਰਚੀ ਜਾ ਰਹੇ ਹੋ? ਇਹ ਸਾਰੇ ਸਿਆਸੀ ਖੇਡ ਕੀਤਾ ਜਾ ਰਿਹਾ ਹੈ, ਜਿਹਦੇ ਕਰਕੇ ਬਾਦਲ ਸਾਹਿਬ ਨੇ ਕਿਹਾ ਜੇ ਪੰਜਾਬ ਦੀ ਤਰੱਕੀ ਹੋ ਜਾਊਗੀ, ਲੋਕਾਂ ਦੇ ਤਕਲੀਫਾਂ ਵੱਲ ਜੇ ਸਰਕਾਰ ਦਾ ਧਿਆਨ ਚਲੇ ਜਾਊਗਾ, ਜੇ ਮੈਨੂੰ ਜੇਲ੍ਹ 'ਚ ਬੰਦ ਕਰ ਦੇਣ। ਉਹਨਾਂ ਨੇ DIG ਨੂੰ, DGP ਨੂੰ ਫੋਨ ਕਰਕੇ ਕਹਿਤਾ ਕਿ DGP ਸਾਹਿਬ ਦੱਸੋ ਕਿੰਨੇ ਵਜੇ ਕਿੱਥੇ ਮੈਂ ਪਹੁੰਚਾ, ਮੈਨੂੰ ਤੱਕ ਜੇਲ੍ਹ 'ਚ ਤੱਕ ਦਿਓ, ਤੇ ਪੰਜਾਬ ਵੱਲ ਜਿਹੜਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਉਸ ਜ਼ਿੰਮੇਵਾਰੀ ਵੱਲ ਤੁਸੀਂ ਆਪਣਾ ਕੰਮ ਕਰੋ। ਹਰੇਕ ਇਨਸਾਨ 'ਚ ਰਹਿੰਦੇ, ਅਸੀਂ ਕਿਹੜਾ ਕੋਈ ਰੱਬ ਦਾ ਰੂਪ ਹੈ ਕਿ ਕਮੀਆਂ ਨਹੀਂ ਹੈਗੀਆਂ? ਕਿਹੜਾ ਇਨਸਾਨ ਹੈ ਜਿਹਦੇ ਵਿੱਚ ਕਮੀਆਂ ਨਹੀਂ ਹੈਗੀਆਂ? ਬਿਲਕੁਲ ਕਮੀਆਂ ਹੈਗੀਆਂ, ਤੇ ਹਰੇਕ ਸਰਕਾਰ ਵਿੱਚ ਕਮੀਆਂ ਹੁੰਦੀਆਂ ਨੇ, ਲੇਕਿਨ ਮੈਂ ਤੁਹਾਨੂੰ ਪੁੱਛਦੀ ਹਾਂ, ਲੋਕਾਂ ਨੂੰ ਜਾ ਕੇ ਪੁੱਛੋ ਕਿ ਕਮੀਆਂ ਇਸ ਸਰਕਾਰ ਤੋਂ ਵੱਧ ਸੀ ਕਿ ਸਾਡੀ 'ਚ ਵੱਧ ਸੀ? ਤੁਹਾਨੂੰ ਆਪ ਹੀ ਪਤਾ ਲੱਗ ਜੂਗਾ, ਜਿਹਦੀ ਪੈਨਸ਼ਨ ਕੱਟੀ ਗਈ ਹੈ, ਜਿਹਦਾ ਆਟਾ ਦਾਲ ਕੱਟਿਆ ਗਿਆ ਹੈਗਾ, ਜਿਹਨੂੰ ਸ਼ਗਨ ਦੇ ਚੈੱਕ ਨਹੀਂ ਮਿਲੇ, ਤਾਂ ਜਿਹਨਾਂ ਦੇ 900 ਪਰਿਵਾਰ ਦੇ ਮੁਖੀਆਂ ਨੇ ਖੁਦਕੁਸ਼ੀਆਂ ਇਹਨਾਂ ਦੇ ਝੂਠੇ ਲਾਰੇ ਕਰਕੇ, ਜਾਂ ਉਹ ਘਰ ਘਰ ਨੌਕਰੀਆਂ ਵਾਸਤੇ ਬੇਰੋਜ਼ਗਾਰੀ ਇੰਨੀ ਵੱਧ ਗਈ ਕਿ ਮਾਪਿਆਂ ਦੀ ਜ਼ਮੀਨਾਂ ਵੇਚ ਵੇਚ ਕੇ ਲੋਕੀ ਵਿਦੇਸ਼ਾਂ 'ਚ ਮੁੰਡੇ ਭੱਜ ਰਹੇ ਨੇ। ਉਹਨਾਂ ਨੂੰ ਪੁੱਛੋ ਕਿ ਕਿਹੜੀ ਸਰਕਾਰ ਦੇ ਵਿੱਚ ਘੱਟ ਕਮੀਆਂ ਵੱਧ ਸੀ। ਬਿਲਕੁਲ ਜੀ, ਬਿਲਕੁਲ, ਕਿਸੇ ਨੂੰ ਵੀ ਨਹੀਂ ਬਖਸ਼ਿਆ। ਸਬੂਤ ਹੈ ਤਾਂ ਲਿਆਓ, ਇਹਨਾਂ ਦੀ ਗੱਲ ਵੀ ਠੀਕ ਹੈ, ਜੇ ਸਬੂਤ ਹੈ ਤਾਂ ਲਿਆਓ, ਲਿਆ ਕੇ ਦਿਖਾਓ, ਔਰ ਇਸ ਤਰ੍ਹਾਂ ਦੇ ਡਰਾਮੇ ਤੁਸੀਂ ਕਿਉਂ ਕਰਦੇ ਹੋ? ਲੇਕਿਨ ਬਹੁਤ ਜਲਦੀ ਸਰਕਾਰ ਕਰ ਰਹੀ ਹੈ ਜੀ, ਸਿੱਟ ਵੀ ਕਰ ਰਹੀ ਹੈ, ਬਹੁਤ ਜਲਦੀ ਜੋ ਵੀ ਸਬੂਤ ਹੋਣਗੇ ਤੁਹਾਡੇ ਖਿਲਾਫ ਹੋਣਗੇ ਜਾਂ ਨਹੀਂ ਹੋਣਗੇ, ਲੇਕਿਨ ਉਹ ਆਵਾਮ ਦੇ ਸਾਹਮਣੇ ਤਾਂ ਜ਼ਰੂਰ ਹੋਣਗੇ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।